ਕਦੇ ਪੁਲਿਸ ਵਾਲੇ ਨੂੰ ਪੈਸੇ ਦਿੱਤੇ? ਭਾਜੀ ਪੁਲਿਸ ਵਾਲਾ ਤੇ ਗਾਲ ਕੱਢ ਕੇ ਪੈਸੇ ਲੈ ਲੈਂਦਾ ਡਰਾਈਵਰ ਕੋਲ, ਕੋਈ ਇੱਜ਼ਤ ਨਹੀਂ ਡਰਾਈਵਰ ਦੀ। ਜਿੱਥੇ ਚੌਂਕ ਦੇ ਵਿੱਚ ਹੱਥ ਦਿੱਤਾ ਉਹਨੇ ਨਾਲੇ ਗਾਲ ਕੱਢਣੀ ਨਾਲੇ ਪੈਸੇ ਲੈ ਲੈਣੇ। ਘਰ ਕੀ ਲੈ ਜਾਣਾ ਫਿਰ? ਗਾਲਾਂ ਲੈ ਕੇ ਜਾਣੀਆਂ ਜੀ, ਹੋਰ ਕੁਛ ਨੀ ਲੈ ਕੇ ਜਾਣਾ। ਉਹ ਵੀ ਦਿਲ ਚ ਰੱਖ ਲੈਣੀਆਂ ਘਰੇ ਜਾ ਕੇ, ਕਿਸੇ ਨੂੰ ਦੱਸ ਵੀ ਨੀ ਸਕਦੇ ਵੀ ਕੀ ਕਮਾ ਕੇ ਲਿਆਏ, ਕੀ ਕਿਸੇ ਨੂੰ ਕੀ ਦੱਸੀ ਵੀ ਗਾਲਾਂ ਲੈ ਕੇ ਆਇਆ। 25-30 ਲੱਖ ਦੀ ਗੱਡੀ ਲਈ ਹੈ, ਇੱਕ ਛੋਟੀ ਗੱਡੀ ਵਾਲਾ ਸਾਨੂੰ ਗਾਲ ਕੱਢ ਕੇ ਚੱਲ ਜਾਂਦਾ ਜੀ। ਉੱਥੇ ਬੰਦੇ ਦੀ ਇੱਜ਼ਤ ਨਹੀਂ ਰਹਿੰਦੀ ਕੋਈ, ਹਾਲਾਂਕਿ ਸਾਡਾ ਕੋਈ ਦੋਸ਼ ਵੀ ਨਹੀਂ, ਕਸੂਰ ਵੀ ਕੋਈ ਨਹੀਂ ਹੁੰਦਾ। ਕੋਈ ਪੈਸਾ ਨਹੀਂ ਦੇਗਾ ਡਰਾਈਵਰ, ਜੋ ਚਲਾਨ ਜੈਨੂਅਨ ਹੁੰਦਾ ਉਹ ਹੋਊਗਾ, ਅਗਰ ਕਾਗਜ਼ ਕੋਈ ਨਹੀਂ ਤਾਂ। ਬਾਕੀ ਕੋਈ ਪੈਸਾ ਨਹੀਂ ਦੇਣਾ ਤੇ ਫਿਰ ਡਰਾਈਵਰ ਸੌਖੇ ਹੋ ਜਾਣਗੇ? ਇਹ ਜੰਮੂ 'ਚ ਨਹੀਂ ਹੋ ਸਕਦੇ, ਇਹ ਨਹੀਂ ਪੁਲਿਸ ਵਾਲੇ ਸੁਧਰ ਸਕਦੇ। 35 ਸਾਲ ਹੋ ਗਏ ਨੇ ਸਾਨੂੰ, ਇਹਦੇ ਕਰਨੀ ਫਰਕ ਹੀ ਨਹੀਂ ਪਿਆ ਭੋਰਾ ਜਿੰਨਾ ਵੀ। ਇੱਕ ਮਾਮੂਲੀ ਬੰਦਾ ਜਿਹੜਾ ਉਹ ਵੀ ਡਰਾਈਵਰ ਨੂੰ ਉਹ ਇੱਕ ਕੁੱਤਿਆ ਬਿੱਲਾ ਕਹਿ ਕੇ ਚਲੇ ਜਾਂਦਾ, ਫਿਰ ਦੁੱਖ ਹੁੰਦਾ ਦਿਲ ਦੇ ਵਿੱਚ। ਟੂਲ ਪਲਾਜ਼ੇ ਤੇ ਇਸ ਟਾਈਮ ਦੇ ਖੜੇ ਹੋਣ ਦੇ, ਇੱਥੇ ਵੀ ਇੱਥੋਂ ਟੂਲ ਤਿਕਰ ਜਾਂਦਿਆਂ ਜਾਂ 1000 ਰੁਪਈਏ ਤੋਂ ਬਾਅਦ ਪਹਿਲਾਂ ਤੇ ਗੱਡੀ ਨਿਕਲ ਜਾਏ, ਜੋ ਮਰਜ਼ੀ ਕਹਿ ਦੀ, ਟੂਲ ਤਿਕਰ ਜਾਂਦਿਆਂ 1000 ਰੁਪਈਆ ਲੱਗੋ ਅੱਧਾ ਬੜੀ ਬ੍ਰਾਹਮਣਾਂ ਤੋਂ ਪਹਿਲਾਂ। भाई के घर में बेटा हुआ है, इसकी बहुत ख्वाहिश है कि उड़ के घर पहुंच जाए, अपने बेटे को देखे, लेकिन उसका मुंह नहीं देखा क्योंकि अपने काम पे है। आपके घर में लड़का 4 दिन पहले जी। कोई फोटो देखी उदी? नहीं जी। अभी होया कोई गाल कट गया होए तो मन ची घुट गए हो, अखां च अथरू आ गए, चुप करके बह गए? कई बार होया जी, एक बार नहीं बहुत बार होया, कुछ बोल नहीं सकते, इत्थे रखनियां पैंदियां दिल च गालां लोकां दी। ਕੋਈ ਐਸਾ ਬੰਦਾ ਜਿਹੜਾ ਇਹ ਚਾਹੁੰਦਾ ਹੋਗਾ ਕਿ ਮੇਰੀ ਔਲਾਦ ਮੇਰਾ ਪੁੱਤਰ ਡਰਾਈਵਰ ਬਣੇ? ਨਹੀਂ, ਇਹੋ ਜਿਹਾ ਕੋਈ ਨਹੀਂ ਹੋ ਸਕਦਾ, ਕੋਈ ਨਹੀਂ ਨਾ। ਸਾਡੇ ਜਵਾਕ ਸਾਨੂੰ ਮਗਰ ਬਣੀ ਆਉਂਦੇ ਰੋਟੀ ਫੜਾਉਣ ਵੀ ਕਿਤੇ ਗੱਡੀ ਤੇ ਨਾ ਲੈ ਜਾਣ ਨਾਲ। ਪੰਜਾਬ ਤੇ ਜੰਮੂ ਚ ਆਟ ਕੇ ਮਿਲ ਗਿਆ, ਤੇਰਾ ਗੇੜਾ ਹੀ ਸਾਫ਼ ਕਰ ਦੇਦਾ। ਅੱਛਾ, ਹਾਂ ਪੈਸੇ ਲੈਂਦੇ ਪੁਲਿਸ ਵਾਲੇ? ਖੁੱਲੇ ਲੈਂਦੇ ਨੇ, ਕਿਤੇ ਵੀ ਨਹੀਂ ਛੱਡਦੇ। ਇੰਨਾ ਐਸਾ ਆਊਗਾ ਕਿ ਇੱਜ਼ਤ ਵੀ ਮਿਲੂਗੀ? ਨਹੀਂ ਆਏਗੀ, ਪੁਲਿਸ ਵਾਲੇ ਖੜੇ ਹੋਣ ਦੇ, ਇਹ 10 ਵਜੇ ਤੋਂ ਪਹਿਲਾਂ ਹਿੱਲ ਨਹੀਂ ਸਕਦੇ ਅਸੀਂ, ਪੁਲਿਸ ਵਾਲੇ ਸੌ ਜਾਂਦੇ ਫਿਰ ਜਾਵਾਂਗੇ ਅਸੀਂ। ਰਾਤ ਅਸੀਂ ਸੜਕਾਂ ਤੇ ਆਪਣੇ ਬੀਵੀ ਬੱਚਾ ਕਮਾਉਣ ਵਾਸਤੇ ਆਉਣੇ ਆ, ਸਾਡੇ ਕੋਲ ਇੱਕ ਪੁਲਿਸ ਵਾਲਾ ਟ੍ਰੈਫਿਕ ਵਾਲਾ ਖਿਲਾਰ ਕੇ 200-400 ਰੁਪਈਆ ਲੈ ਗਿਆ। ਅਸੀਂ ਆਪ ਮੁੱਲ ਖਾਣਾ ਨਹੀਂ ਖਾਂਦੇ, ਆਪਣਾ ਬਣਾ ਕੇ ਖਾਂਦੇ ਆ, ਵੀ ਜੋ 4 ਪੈਸੇ ਬਚਣਗੇ ਉਹ ਸੀ। ਇੱਥੋਂ ਲੈ ਕੇ ਹੁਣ ਲਖਨਪੁਰ ਬਾਰਡਰ ਤੱਕ ਜਾਓਗੇ, 2000 ਦੇਣਾ ਹੀ ਦੇਣਾ, 2000 ਦੇਣਾ ਹੀ ਪਏਗਾ ਖਾਲੀ ਗੱਡੀ ਨੂੰ ਵੀ, ਇਹ ਨਹੀਂ ਭਰੀ, ਕੋਈ ਨਾ ਐਂਟਰੀ ਨਹੀਂ ਹੋਏਗੀ। ਕਾਰਨ ਕੀ ਗਾ? ਕਾਰਨ ਕੀ, ਪੁਲਿਸ ਵਾਲੇ ਪਰੇਸ਼ਾਨ ਕਰਨ ਦੇ, ਥਾਂ ਥਾਂ ਦੇ ਖੜੇ ਹੁੰਦੇ, ਕਿੱਥੇ ਜੀਪ ਲੈ ਖੜੇ ਉੱਥੇ ਘੇਰ ਲੈ ਹੁੰਦੇ। ਰੋਟੀ ਇੱਦਾਂ ਦੀ ਖਾਂਦੇ ਹੋ? ਕੱਚੀ ਪੱਕੀ ਸੜੀ ਸੁੜੀ ਚੱਲਦੀ ਹੈ? ਚੱਲਦੇ ਕੀ, ਕੈਨੇਡਾ ਆਸਟ੍ਰੇਲੀਆ ਅਮਰੀਕਾ ਦੇ ਵਿੱਚ ਡਰਾਈਵਰ ਦੀ ਬੜੀ ਕਦਰ ਹੈ, ਬਹੁਤ ਜ਼ਿਆਦਾ। ਹਾਂਜੀ, ਉੱਥੇ ਬਹੁਤ ਉਹ ਸਿਸਟਮ ਹੋ ਜਾਵੇ ਤਾਂ ਫਿਰ ਡਰਾਈਵਰ ਇੱਥੋਂ ਵਾਲੇ ਸਵਰਗਾਂ 'ਚ ਪੈ ਜਾਣ ਜੀ। ਇਹ ਗੱਡੀਆਂ ਖੜ ਜਾਣ ਨਾ ਪੂਰਾ ਦੇਸ਼ ਬੰਦ ਹੋ ਜਾਵੇ, ਇਹਦਾ ਗੱਡੀਆਂ ਵਾਲਿਆਂ ਦਾ ਕੰਮ ਆ ਇੱਥੋਂ ਉੱਥੇ ਜਿਹੜਾ ਅਨਾਜ ਲੈ ਕੇ ਜਾਣਾ, ਜੇ 10 ਦਿਨ ਗੱਡੀ 10 ਦਿਨ ਕੀ 2 ਦਿਨ ਗੱਡੀਆਂ ਸਾਰੀਆਂ ਰੁਕ ਜਾਣ ਤਾਂ ਦੇਸ਼ ਪੂਰਾ ਠੱਪ ਹੋ ਜਾਵੇਗਾ।